ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਸੀ, ਤੇ ਫਿਰ ਜਦੋਂ ਮੈਂ ਬੋਲਣਾ ਤੇ ਸਾਰਿਆਂ 'ਚ ਹੀ ਪੰਜਾਂ 'ਚੋਂ ਪੰਜ ਆਉਂਦੇ ਸੀ, ਓਵਰਆਲ ਸਾਰਿਆਂ 'ਚ ਹੀ ਫੁੱਲ ਆਉਂਦੇ ਸੀਗੇ ਨੰਬਰ। ਟੈਂਪਲੇਟ ਤਾਂ ਸਰ ਸਭ ਤੋਂ ਮੇਲੀ ਗੱਲ ਤਾਂ ਬਹੁਤ ਈਜ਼ੀ ਨੇ, ਆਰਾਮ ਨਾਲ ਲਰਨ ਹੋ ਜਾਂਦੇ ਆ, ਨਾਲੇ ਦੂਜੀ ਗੱਲ ਉੱਥੇ ਵਰਕ ਕਰਦੇ ਆ, ਕੋਈ ਇਹੋ ਜਿਹੀ ਸ਼ੱਕ ਕਰਨ ਵਾਲੀ ਗੱਲ ਨਹੀਂ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਰੁਣ ਲੈਂਗੁਏਜ ਅਕੈਡਮੀ ਸਿਡਨੀ ਆਸਟ੍ਰੇਲੀਆ ਤੋਂ। ਅੱਜ ਮੇਰੇ ਨਾਲ ਨੇ ਅਜ਼ਹਰ ਜੀ, ਜੋ ਕਿ ਸਾਡੇ ਜਲੰਧਰ ਕੈਂਪਸ ਦੇ ਇੱਕ ਸਟੂਡੈਂਟ ਨੇ, ਬਟ ਸਪੈਸ਼ਲੀ ਯੂਪੀ ਤੋਂ ਟਰੈਵਲ ਕਰਕੇ ਜਲੰਧਰ ਪੜ੍ਹਨ ਗਏ ਆ। ਪਹਿਲਾਂ ਆਇਲਸ ਦਾ ਟੈਸਟ ਦਿੱਤਾ ਸੀ, ਸਕੋਰ ਨਹੀਂ ਆਇਆ। ਪੀਟੀ ਫਰਸਟ ਅਟੈਂਪਟ ਓਵਰਆਲ 64, ਰਾਈਟਿੰਗ 70, ਸਪੀਕਿੰਗ 65, ਰੀਡਿੰਗ 61, ਲਿਸਨਿੰਗ 64। ਕੰਗ੍ਰੈਚੁਲੇਸ਼ਨ ਅਜ਼ਹਰ ਜੀ, ਵੈਰੀ ਵੈਲ ਡਨ। थैंक यू सर। अदर जी, पहला अटेम्प्ट सीगा अपना, बहुत वधिया स्कोर आया, ऑलमोस्ट ओवरऑल बैंड 7 आया। की लगता है आज स्कोर नहीं आया, पीटी च फर्स्ट अटेम्प्ट च आ गया, एह वाले की कीता पीटी च तुसीं? सर पीटी मेन तो जिहड़े इंस्टीट्यूट वालिया की टिप्स एंड ट्रिक्स सीगियां, टेक्निक्स जिहड़ी उन्होंने दित्तियां, उस करके सौखा लग्या पीटी। बाकी कई हाले भी जिहड़े मेरे नाल दे इत्थे पीटी नाल स्ट्रगल करते हैं, ते तां करके भी मैं ते ਐਲੀ ਸੁਜੈਸਟ ਕਰੂੰਗਾ ਸਾਰਿਆਂ ਨੂੰ, ਮੇਨ ਤੇ ਟਿੱਕਾਂ ਕਰਕੇ ਹੀ ਆਇਆ ਜੇ। ਟ੍ਰਿਕਸ ਟ੍ਰਿਕਸ ਜਦੋਂ ਟ੍ਰਿਕਸ ਦੀ ਗੱਲ ਕਰੀਏ, ਕੋਈ ਟ੍ਰਿਕਸ ਦੱਸੋ, ਕਿਹੜੀ ਟ੍ਰਿਕ ਯੂਜ਼ ਕੀਤੀ, ਕੋਈ ਵੀ ਇੱਕ ਟ੍ਰਿਕ ਦੱਸੋ ਬੱਚਿਆਂ ਨੂੰ, ਸੋ ਦੈਟ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਸਿਰਫ ਪੜ੍ਹਨ ਨਾਲ ਨਹੀਂ, ਸਮਾਰਟ ਵਰਕਰ ਨਾਲ ਵੀ ਸਕੋਰ ਆ ਸਕਦਾ। ਸਰ ਸਭ ਤੋਂ ਮੇਨ ਤਾਂ ਜੀ ਵਨ ਲਾਈਨ ਸਟ੍ਰੈਟਜੀ, ਉਹ ਫੋਲੋ ਕੀਤੀ ਰੀਡ ਤੁਸੀਂ? ਅਲਾਊਡ 'ਚ। ਹਾਂਜੀ, ਰੀਡ ਅਲਾਊਡ 'ਚ ਵਨ ਲਾਈਨ ਸਟ੍ਰੈਟਜੀ ਫੋਲੋ ਕੀਤੀ ਸੀ ਮੈਂ। ਚਲੋ, ਵੈਰੀ ਗੁੱਡ। ਵਨ ਲਾਈਨ ਸਟ੍ਰੈਟਜੀ ਫੋਲੋ ਕੀਤੀ ਹੈ, ਸਪੀਕਿੰਗ 65, ਰੀਡਿੰਗ 61, ਵੈਰੀ ਵੈਲ ਡਨ ਅਦਰ ਜੀ। ਇੱਕ ਹੋਰ ਚੀਜ਼ ਦੇਖੋ, ਤੁਹਾਡੇ ਕੋਲ ਇੱਕ ਆਪਸ਼ਨ ਸੀਗੀ ਕਿ ਤੁਸੀਂ ਘਰ ਬੈਠ ਕੇ ਆਪਣੇ ਆਪ ਪੜ੍ਹ ਸਕਦੇ ਸੀਗੇ, ਬਟ ਤੁਸੀਂ ਚੂਜ਼ ਕੀਤਾ ਕਿ ਤੁਸੀਂ ਜਲੰਧਰ ਜਾਓਗੇ, ਉੱਥੇ ਰਹੋਗੇ, ਉੱਥੇ ਬੈਠ ਕੇ ਪੜ੍ਹੋਗੇ। ਲੈਬ 'ਚ ਬੈਠ ਕੇ ਪੜ੍ਹਨਾ ਕਿੰਨਾ ਡਿਫਰੈਂਟ ਹੈ ਐਜ਼ ਕੰਪੇਅਰ ਟੂ ਸਟੱਡਿੰਗ ਐਟ ਹੋਮ? ਸਰ ਲੈਬ 'ਚ ਬਹੁਤ ਡਿਫਰੈਂਟ ਆ ਮੁਕਾਬਲੇ, ਕਿਉਂਕਿ ਉੱਥੇ ਸਰ ਇਨਵਾਇਰਮੈਂਟ ਹੀ ਬਿਲਕੁਲ ਅਲੱਗ ਹੁੰਦਾ ਆ ਘਰ ਦੇ ਨਾਲੋਂ, ਕਿਉਂਕਿ ਉੱਥੇ ਤਾਂ ਸਾਰੇ ਆਪੋ ਆਪਣੇ ਕੰਮ ਤੇ ਲੱਗੇ ਹੁੰਦੇ, ਨਾਲੇ ਟੀਚਰ ਤੋਂ ਬਾਰ ਬਾਰ ਆਪਾਂ ਫੀਡਬੈਕ ਲੈ ਸਕਦੇ ਹਾਂ, ਟੀਚਰ ਬਾਰ ਬਾਰ ਆਪਣੀਆਂ ਕਮੀਆਂ ਦੱਸ ਦਿੰਦਾ ਦੇਖ ਦੇਖ ਕੇ, ਜਿੱਦਾਂ ਰੀਡ ਅਲਾਊਡ ਬਾਰ ਬਾਰ ਚੈੱਕ ਕਰਾਉਣੇ ਜਾਂ ਹੋਰ ਸਪੀਕਿੰਗ ਦਾ ਕੋਈ ਕੋਈ ਵੀ ਪਾਰਟ ਸਪੀਕਿੰਗ ਦਾ ਆਪਾਂ ਬਾਰ ਬਾਰ ਚੈੱਕ ਕਰਾਉਣੇ, ਤੇ ਉਹ ਬਾਰ ਬਾਰ ਦੱਸਦੇ ਰਹਿੰਦੇ ਆ, ਪਰ ਕਰੈਕਟ ਘਰ ਆਪਾਂ ਉਹ ਚੀਜ਼ ਨਹੀਂ ਕਰ ਸਕਦੇ। ਕਰੈਕਟ, 100% ਬਿਲਕੁਲ ਸਹੀ ਗੱਲ ਹੈ। ਘਰ ਬੈਠ ਕੇ ਪੜ੍ਹਨਾ ਵਰਸਿਸ ਲੈਬ 'ਚ ਬੈਠਣਾ, ਫਰਕ ਕੀ ਹੈ? ਘਰ ਬੈਠ ਕੇ ਤੁਸੀਂ ਤਿਆਰੀ ਕਰਦੇ, ਤੁਹਾਨੂੰ ਲੱਗਦਾ ਤੁਸੀਂ ਸਹੀ ਕਰ ਰਹੇ ਹੋ, ਤੁਹਾਨੂੰ ਪਤਾ ਨਹੀਂ ਤੁਸੀਂ ਐਕਚੁਅਲੀ ਸਹੀ ਕਰ ਰਹੇ ਹੋ ਜਾਂ ਨਹੀਂ। ਜਦ ਟਿਊਟਰ ਫਰੋਮ ਦ ਪੁਆਇੰਟ ਆਫ ਵਿਊ ਆਫ ਪੀਅਰਸਨ ਐਲਗੋਰਿਥਮ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਸਹੀ ਕਰ ਰਹੇ ਹੋ ਜਾਂ ਨਹੀਂ, ਉੱਥੇ ਗੇਮ ਚੇਂਜ ਹੁੰਦੀ ਹੈ। ਜੇ ਤੁਹਾਨੂੰ ਲੱਗਦਾ ਤੁਸੀਂ ਸਹੀ ਕਰ ਰਹੇ ਹੋ ਬਟ ਸਕੋਰ ਨਹੀਂ ਆ ਰਿਹਾ, ਯੂ ਨੀਡ ਟੂ ਰੀਕਨਸੀਡਰ ਇਟ। ਕਿਸੇ ਐਕਸਪਰਟ ਤੋਂ ਫੀਡਬੈਕ ਲਓ, ਦੇਖੋ ਤੁਸੀਂ ਕੀ ਗਲਤੀਆਂ ਕਰ ਰਹੇ ਹੋ, ਕਿਵੇਂ ਇੰਪਰੂਵ ਕਰਨਾ ਹੈ, ਉਹ ਸਾਰਾ ਕੁਝ ਪੋਸੀਬਲ ਹੁੰਦਾ ਹੈ ਪੀਟੀ ਲੈਬ ਵਿੱਚ। ਅਦਰ ਜੇ ਲਾਸਟ ਚੀਜ਼, ਤੁਸੀਂ ਬਹੁਤ ਸਾਰੇ ਮੌਕ ਟੈਸਟ ਵੀ ਦਿੱਤੇ ਬੈਠ ਕੇ, ਮੌਕ ਟੈਸਟ ਕਿਵੇਂ ਹੈਲਪ ਹਾਂਜੀ ਕਰਦੇ? ਕਿਉਂਕਿ ਮੈਂ ਦੇਖਦਾ ਬੱਚੇ ਬਹੁਤ ਜ਼ਿਆਦਾ ਘਬਰਾ ਜਾਂਦੇ ਐਗਜ਼ਾਮ ਜਦੋਂ ਦੇਣ ਜਾਂਦੇ, ਬਟ ਜਿਹੜਾ ਬੱਚਾ ਬਾਰ ਬਾਰ ਮੌਕ ਟੈਸਟ ਲੈਂਦਾ ਉਹ ਘਬਰਾਉਂਦਾ ਨਹੀਂ ਹੈ, ਕਿਵੇਂ ਹੈਲਪ ਹੋ ਰਹੇ ਮੌਕ ਟੈਸਟ ਸਪੈਸ਼ਲੀ ਲੈਬ 'ਚ? ਤਾਂ ਲੈਬ 'ਚ ਜਦੋਂ ਆਪਾਂ ਮੌਕ ਟੈਸਟ ਦਿੰਦੇ ਹਾਂ, ਇੱਕ ਤਾਂ ਸੇਮ ਇਨਵਾਇਰਮੈਂਟ ਮਿਲਦਾ ਜਿੱਦਾਂ ਦਾ ਐਗਜ਼ਾਮ 'ਚ ਹੁੰਦਾ ਹੈ, ਜਿਹੜਾ ਡਿਸਕ੍ਰਾਈਬ ਇਮੇਜ ਦਾ ਟੈਂਪਲੇਟ ਆ ਉਹਨੂੰ ਮੈਂ ਪ੍ਰੋਪਰਲੀ ਯੂਜ਼ ਨਹੀਂ ਕਰ ਪਾਉਂਦਾ ਸੀ, ਜਿੱਦਾਂ ਮੈਂ ਆਈਕਨਸੀ ਦੇ ਨਾਲ ਪੂਰਾ ਬੋਲਣਾ ਸੀ ਜਿਹੜਾ ਵਿੱਚ ਲਿਖਿਆ ਹੁੰਦਾ ਸੀਗਾ, ਹਾਂ ਪਰ ਆਫਟਰ ਦੈਟ ਜਦੋਂ ਮੈਂ ਆਪਦੀ ਐਗਜ਼ਾਮ ਡੇਟ ਫਿਲ ਕਰਤੀ, ਮੈਂ ਦੂਜੀ ਲੈਬ 'ਚ ਆ ਕੇ ਬਹਿਣਾ ਸ਼ੁਰੂ ਕੀਤਾ, ਤੇ ਮੈਨੂੰ ਟੀਚਰਸ ਨੇ ਦੱਸਿਆ ਵੀ ਨਹੀਂ ਇਦਾਂ ਨਹੀਂ ਕਰਨਾ, ਜਿਹੜੇ ਵੀ 5-6 ਵਰਡ ਤੁਹਾਨੂੰ ਲੱਗਦੇ ਆ 25 ਸੈਕਿੰਡ ਦਾ ਜਦੋਂ ਤੁਹਾਨੂੰ ਪ੍ਰਿਪਰੇਸ਼ਨ ਟਾਈਮ ਮਿਲਦਾ, ਉਹਦੇ 'ਚ ਤੁਸੀਂ 6 ਵਰਡ ਲਿਖ ਕੇ ਨਾਲੇ ਅੱਗੇ ਦਾ ਟੈਂਪਲੇਟ ਬੋਲਣਾ ਪੂਰਾ, ਤੇ ਮੈਂ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਸੀ, ਤੇ ਫਿਰ ਜਦੋਂ ਮੈਂ ਬੋਲਣਾ ਤੇ ਸਾਰਿਆਂ 'ਚ ਹੀ ਪੰਜਾਂ 'ਚੋਂ ਪੰਜ ਆਉਂਦੇ ਸੀ, ਓਵਰਆਲ ਸਾਰਿਆਂ 'ਚ ਹੀ ਫੁੱਲ ਆਉਂਦੇ ਸੀਗੇ ਨੰਬਰ। ਤੇ ਬਾਕੀ ਹੋਰ ਇਹੋ ਟੈਂਪਲੇਟ ਤਾਂ ਸਰ ਸਭ ਤੋਂ ਮੇਲੀ ਗੱਲ ਤਾਂ ਬਹੁਤ ਈਜ਼ੀ ਨੇ, ਆਰਾਮ ਨਾਲ ਲਰਨ ਹੋ ਜਾਂਦੇ ਆ, ਨਾਲੇ ਦੂਜੀ ਗੱਲ ਉੱਥੇ ਵਰਕ ਕਰਦੇ ਆ, ਕੋਈ ਇਹੋ ਜਿਹੀ ਸ਼ੱਕ ਕਰਨ ਵਾਲੀ ਗੱਲ ਨਹੀਂ ਹੈ। ਜਿੱਦਾਂ ਕਈ ਬੰਦੇ ਇੱਥੋਂ ਸੋਚ ਕੇ ਜਾਂਦੇ ਵੀ ਰੀਡ ਅਲਾਊਡ ਵਨ ਲਾਈਨ ਬੋਲਣੀ ਆ, ਪਰ ਜਦੋਂ ਉੱਥੇ ਵੇਖਦੇ ਵੀ ਪੈਰਾਗ੍ਰਾਫ ਸੌਖਾ ਤੇ ਉਹ ਫੁੱਲ ਬੋਲ ਆਉਂਦੇ ਆ। ਬਿਲਕੁਲ, ਬਹੁਤ ਆਪ ਬਹੁਤ ਵਧੀਆ ਗੱਲ ਹੈ ਕਿ ਬੱਚੇ ਨਾ ਲੈਂਦੇ ਆ ਕਿ ਆਪਾਂ ਕਰਨਾ ਕੀ ਨਹੀਂ ਕਰਨਾ, ਕੀ ਚੀਜ਼ਾਂ ਐਗਜ਼ਾਮ 'ਚ ਕਰਨੀਆਂ। ਕਈ ਬੱਚੇ ਕੀ ਕਰਦੇ ਆ, ਪ੍ਰੈਕਟਿਸ ਕੁਝ ਹੋਰ ਕਰਦੇ ਆ, ਉੱਥੇ ਕੁਝ ਹੋਰ ਕਰਦੇ। ਦੇਖੋ ਪਹਿਲਾਂ ਆਪਣਾ ਮਾਈਂਡ ਮੇਕਅਪ ਕਰੋ ਕਿ ਮੈਂ ਆਹ ਸਟ੍ਰੈਟਜੀ ਫੋਲੋ ਕਰਨੀ ਆ, ਐਂਡ ਫਿਰ ਉੱਥੇ ਟਿਕੇ ਰਹੋ। ਇਹ ਨਹੀਂ ਕਿ ਮੈਂ ਕਹਤਾ ਆਹ ਕਰੋ, ਤੁਸੀਂ ਸੋਚ ਰਹੇ ਆਹ ਕਰੋ, ਜੋ ਤੁਹਾਨੂੰ ਸਹੀ ਲੱਗਦਾ ਉਹ ਕਰੋ, ਹਰ ਇੱਕ ਚੀਜ਼ ਵਰਕ ਕਰਦੀ ਹੈ ਬਟ ਉਹਨੂੰ ਸਹੀ ਤਰੀਕੇ ਨਾਲ ਕਰੋ। ਜਿਵੇਂ ਅਜ਼ਹਰ ਨੇ ਕਿਹਾ, ਹਾਂਜੀ ਸਰ, ਇੱਕ ਸਟ੍ਰੈਟਜੀ ਫੋਲੋ ਕਰੋ ਐਗਜ਼ਾਮ 'ਚ ਵੀ, ਪ੍ਰੈਕਟਿਸ ਵੀ, ਐਂਡ ਦੈਟ ਵਿਲ ਹੈਲਪ ਯੂ ਗੈਟ ਯੋਰ ਡਿਜ਼ਾਇਰਡ ਸਕੋਰ। ਅਜ਼ਹਰ ਜੀ, ਥੈਂਕ ਯੂ ਫਾਰ ਜੁਆਇਨਿੰਗ ਇਨ। ਬਹੁਤ ਵਧੀਆ ਪੁਆਇੰਟਸ ਤੁਸੀਂ ਦੱਸੇ ਆ ਕਿ ਪ੍ਰੈਕਟਿਸ ਕਰੋ, ਫੀਡਬੈਕ ਲਓ, ਲੈਬ 'ਚ ਸੇਮ ਇਨਵਾਇਰਮੈਂਟ 'ਚ ਬੈਠ ਕੇ ਪ੍ਰੈਕਟਿਸ ਕਰੋ, ਦੈਟ ਵਿਲ 100% ਹੈਲਪ ਯੂ ਗੈਟ ਯੋਰ ਡਿਜ਼ਾਇਰਡ ਸਕੋਰ। ਅਜ਼ਹਰ ਜੀ, ਕੰਗ੍ਰੈਚੁਲੇਸ਼ਨ ਐਂਡ ਆਲ ਦ ਵੈਰੀ ਬੈਸਟ।
गाइस आगे याद रखो जी, अजहर ने अपना स्कोर लिया है, जी मैं लिया, तुसी भी फर्स्ट अटेम्प्ट लै सकते हो, भावे थोड़े आज ज्यादा स्कोर है घट है, अजहर के घट स्कोर से फिर भी फर्स्ट अटेम्प्ट ओवरऑल बैंड 7 के नियर अबाउट आया। क्यों आया? लैब च बैठ के प्रैक्टिस की है, डेडिकेशन दिखाई है अपनी, प्लस रेगुलर फीडबैक लिया, मॉक टेस्ट दिते हैं। जे तुसी भी आ चीजा करोगे, हार्ड वर्क नहीं छोड़ के स्मार्ट वर्क करोगे, 120% भी रिजल्ट आएगा। वरुण फ्रॉम लैंग्वेज अकेडमी, आई विल सी यू वेरी सून, टिल देन टेक केयर एंड स्टे सेफ।